ਜਾਂ ਬਦਲਾਅ ਦੇ ਚੱਕਰ ਚ ਨਿੱਪੂ ਜੀ ਦੇ ਬਚ ਕੇ ਤੋਂ ਪੈ ਗਏ ਨੇ। ਪਤਾ ਨੀ ਕਿਹੜੀ ਗੱਲ ਤੇ ਫੈਸਲਾ ਕਰਨਾ, 92 ਸੀਟਾਂ ਜਿੱਤੀ। ਹੁਸ਼ਿਆਰਪੁਰ ਜ਼ਿਲ੍ਹੇ ਚ ਤਾਂ ਲਗਭਗ ਬਹੁਗਿਣਤੀ ਉਹਨਾਂ ਦੀ ਹੈ ਜਿੱਤਦੀ, ਇੱਕ ਤਰਫਾ ਹੀ ਜਿੱਤੇ ਆ। ਇਸ ਲਈ ਮੈਂ ਸਮਝਦਾ, ਮੇਰਾ ਤੁਹਾਨੂੰ ਸਵਾਲ ਹੀ ਹੈ ਕਿ ਭਾਈ ਇਹ ਤਾਂ ਕਿਹੜਾ ਤੁਹਾਡੇ ਤੇ ਜਾਦੂ ਕੀਤਾ, ਜਿਹੜੇ 6.5 ਫੁੱਟ ਆਏ ਤੇ 5 ਫੁੱਟ ਰਹੇ ਵਾਲਿਆਂ ਤੇ ਵੀ ਅਸਰ ਹੋ ਗਿਆ। ਬਦਲਾਅ ਦੇਖੋ ਆਇਆ ਕਿਹੜਾ, ਉਸ ਬਦਲਾਅ ਦੀ ਜਿੰਨੀ ਘੱਟ ਗੱਲ ਕਰੀ ਹੈ ਉਨੀ ਚੰਗੀ। ਆਮ ਆਦਮੀ ਪਾਰਟੀ ਤੇ ਤੰਜ ਕਸ ਰਹੇ ਨੇ ਬਿਕਰਮ ਸਿੰਘ ਮਜੀਠੀਆ, ਜੋ ਪਹੁੰਚੇ ਸਨ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84। ਇੱਥੇ ਬਿਕਰਮ ਸਿੰਘ ਮਜੀਠੀਆ ਨੇ ਨਾ ਸਿਰਫ ਭਗਵੰਤ ਮਾਨ ਸਗੋਂ ਅਰਵਿੰਦ ਕੇਜਰੀਵਾਲ ਤੇ ਵੀ ਖੂਬ ਸਵਾਲ ਖੜੇ ਕੀਤੇ। ਉਹਨਾਂ ਨੇ ਸਵਾਲ ਤਾਂ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਪੁੱਛੇ। ਮਾੜਾ ਜਿਹਾ ਤਾਂ ਦੱਸ ਦਿਓ ਕਿ ਆ ਬਦਲਾਅ ਦੇ ਚੱਕਰ ਕਿਉਂ ਨਿੱਪੂ ਜੀ ਦੇ ਬਚ ਕੇ ਤੋਂ ਪੈ ਗਏ ਦਿੱਲੀ? ਉਹਨੇ ਤੁਹਾਨੂੰ ਕਿਹੜਾ ਵਿਖਾਤਾ ਹੈਗਾ? ਦਿੱਲੀਓਂ ਕੇਜਰੀਵਾਲ ਸਾਹਿਬ ਆਇਆ ਜਿਹੜਾ 2 ਫੁੱਟ ਐਨੂ ਤੇ 4 ਫੁੱਟ ਐਨੂ, ਉਹਨੇ ਤੁਹਾਨੂੰ ਆ ਕੇ ਪਤਾ ਨੀ ਕਿਹੜਾ ਕੰਮ ਵਿਖਾਇਆ ਕਿ ਉਹਦੇ ਮਗਨ ਲੱਗ ਗਏ। ਚੰਗੇ ਭਲੇ ਬੰਦੇ ਹੋ, ਜਿਗਰੇ ਵਾਲੇ ਹੋ, ਹੌਸਲੇ ਵਾਲੇ ਹੋ, ਦਲੀਲ ਵਾਲੇ ਹੋ, ਮਗਰ ਪਤਾ ਨੀ ਕਿਹੜੀ ਗੱਲ ਤੇ ਫੈਸਲਾ ਕਰਨਾ, 92 ਸੀਟਾਂ ਜਿੱਤੀ ਹੋ। ਪਰ ਮੈਨੂੰ ਲੱਗਦਾ ਹੁਸ਼ਿਆਰਪੁਰ ਜ਼ਿਲ੍ਹੇ ਚ ਤਾਂ ਲਗਭਗ ਬਹੁਗਿਣਤੀ ਉਹਨਾਂ ਦੀ ਹੈ ਜਿੱਤਦੀ, ਇੱਕ ਤਰਫਾ ਹੀ ਜਿੱਤੇ ਆ। ਇਸ ਲਈ ਮੈਂ ਸਮਝਦਾ, ਮੇਰਾ ਤੁਹਾਨੂੰ ਸਵਾਲ ਹੀ ਹੈ ਕਿ ਭਾਈ ਇਹ ਤਾਂ ਕਿਹੜਾ ਤੁਹਾਡੇ ਤੇ ਜਾਦੂ ਕੀਤਾ, ਜਿਹੜੇ 6.5 ਫੁੱਟ ਆਏ ਤੇ 5 ਫੁੱਟ ਰਹੇ ਵਾਲਿਆਂ ਤੇ ਵੀ ਅਸਰ ਹੋ ਗਿਆ। ਔਰ ਪੰਜਾਬ ਨੂੰ ਔਰ ਬਦਲਾਅ ਦੇਖੋ ਆਇਆ ਕਿਹੜਾ, ਉਸ ਬਦਲਾਅ ਦੀ ਜਿੰਨੀ ਘੱਟ ਗੱਲ ਕਰੀ ਹੈ ਉਨੀ ਚੰਗੀ। ਅੱਜ ਪੰਜਾਬ ਦੇ ਸਿਰ ਦੇਖੋ ਕਰਜ਼ਾ ਕਿੰਨਾ ਚੜ ਗਿਆ, 2.5 ਸਾਲਾਂ ਚ ਕੋਈ ਡਿਵੈਲਪਮੈਂਟ ਨਹੀਂ ਹੋਈ। ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਕਰਕੇ ਮਾਹੌਲ ਪੱਖਿਆ ਹੋਇਆ, ਸਿਆਸੀ ਇਲਜ਼ਾਮ ਤਰਾਸ਼ੀਆਂ ਤੇ ਬਿਆਨਬਾਜ਼ੀਆਂ ਦਾ ਦੌਰ ਚੱਲ ਰਿਹਾ। ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਨਤੀਜੇ ਆਉਣੇ ਨੇ, ਤੇ ਉਦੋਂ ਤੱਕ ਇਹ ਇਲਜ਼ਾਮ ਤਰਾਸ਼ੀਆਂ ਇਉਂ ਹੀ ਚੱਲਦੀਆਂ ਰਹਿਣਗੀਆਂ।